रिटर्निंग अफसर सेफली बाहर कढ़न दे और प्रेस भी कर रही है सोता कर रही है।
ਅੱਜ ਪੰਚਾਇਤੀ ਇਲੈਕਸ਼ਨਾਂ ਸੀਗੀਆਂ ਜੀ। ਅਸੀਂ ਆਪਣੀ ਪੁਲਿਸ ਪਾਰਟੀ ਦੇ ਨਾਲ ਅਸੀਂ ਇਲਾਕੇ ਆਪਣੇ ਦੇ ਵਿੱਚ ਗੜਸ਼ੰਕਰ ਦੇ ਏਰੀਏ 'ਚ ਮੌਜੂਦ ਸੀਗੇ ਅਤੇ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਪਿੰਡ ਜਿਹੜਾ ਖਾਨਪੁਰ ਆ ਨੰਗਰ ਰੋਡ 'ਤੇ ਉੱਥੇ ਜਿਹੜਾ ਵਾ ਕਾਫੀ ਜਿਹੜਾ ਅਸ਼ੋਕ ਕੁਮਾਰ ਧੇਰਾ ਜਿਹਦੀ ਵਾਈਫ ਜਿਹੜੀ ਹੈ ਉਹ ਵੀ ਸਰਪੰਚੀ ਇਲੈਕਸ਼ਨ ਦੇ ਵਿੱਚ ਖੜੀ ਸੀਗੀ ਅਤੇ ਅਸ਼ੋਕ ਕੁਮਾਰ ਧੇਰੇ ਆ ਕਾਫੀ ਬੰਦੇ ਇਕੱਠੇ ਕਰਕੇ ਜਿਹੜਾ ਉਹ ਉੱਥੇ ਹੱਲਾ ਗੁੱਲਾ ਕਰ ਰਿਹਾ ਸੀਗਾ। ਅਸੀਂ ਜਦੋਂ ਗਏ ਸਾਡੇ ਡੀ ਐੱਸ ਪੀ ਸਾਹਿਬ ਜਸਪ੍ਰੀਤ ਸਿੰਘ ਵੀ ਉੱਥੇ ਆਪਣੀ ਫੋਰਸ ਸਮੇਤ ਮੌਜੂਦ ਸੀਗਾ। ਜਿਹੜੀ ਅਸ਼ੋਕ ਕੁਮਾਰ ਧਿਰ ਸੀਗੀ ਜਿਹੜੀ ਪੋਲਿੰਗ ਪਾਰਟੀ ਸੀਗੀ ਉਸ ਪੋਲਿੰਗ ਪਾਰਟੀ ਨੂੰ ਉਹ ਬਾਹਰ ਨਹੀਂ ਸੀ ਆਉਣ ਦੇ ਰਹੇ ਅਤੇ ਮੌਕੇ 'ਤੇ ਸਾਡੇ ਐੱਸ ਡੀ ਐੱਮ ਸਾਹਿਬ ਵੀ ਪਹੁੰਚੇ ਸੀਗੇ ਵੀ ਅਸੀਂ ਜਿਹੜੀ ਪੋਲਿੰਗ ਪਾਰਟੀ ਅਤੇ ਐੱਸ ਡੀ ਐੱਮ ਸਾਹਿਬ ਨੂੰ ਉੱਥੋਂ ਬੜੀ ਸੇਫ ਤਰੀਕੇ ਨਾਲ ਉੱਥੋਂ ਅਸੀਂ ਬਾਹਰ ਕੱਢਿਆ। ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਅਸ਼ੋਕ ਕੁਮਾਰ ਧਿਰ ਆ ਨਾਲ ਕੋਈ ਬਹਾਦਰ ਸੀਗਾ ਨਾਲ ਕੋਈ ਕਾਫੀ ਉਹ 100 ਮਤਲਬ ਲੇਡੀਆਂ ਸੀ 40-50 ਲੇਡੀਆਂ ਸੀਗੀਆਂ ਨਾਲ ਕਾਫੀ ਬੰਦੇ ਸੀਗੇ ਉੱਥੇ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਲੜਕੇ ਸੀ ਕੋਈ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ। ਮਤਲਬ ਕਾਫੀ ਜਦੋਂ ਜਦ ਸਾਡੇ ਫਿਰ ਬਾਅਦ ਵਿੱਚ ਐੱਸ ਪੀ ਸਾਹਿਬ ਮੇਜਰ ਸਿੰਘ ਵੀ ਆਏ ਉਹਨਾਂ ਦੀ ਗੱਡੀ ਵੀ ਇਹਨਾਂ ਹਿੱਟ ਕੀਤੀ ਜਿਹੜੀ ਗੱਡੀ ਉਹਨਾਂ ਕੋਲ ਥਾਰ ਸੀ ਸਰਕਾਰੀ ਉਹਦਾ ਵੀ ਇਹਨਾਂ ਨੇ ਸ਼ੀਸ਼ੇ ਵੱਟੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ। ਮੁੜ ਕੇ ਸਾਡੇ ਮੁਲਾਜ਼ਮਾਂ ਦੇ ਵੀ ਇਹਨਾਂ ਇੱਟਾਂ ਕਾਫੀ ਮਾਰੀਆਂ ਸਾਡੇ ਵੀ ਮਾਰੀਆਂ ਜਿਹਦੇ ਵਿੱਚ ਸਾਡਾ ਇੱਕ ਜਿਹੜਾ ਕਾਫੀ ਮੁਲਾਜ਼ਮਾਂ ਦੇ ਇੱਟਾਂ ਵੱਜੀਆਂ ਜਿਹਨੇ ਜਿਹੜੇ ਜ਼ਖਮੀ ਹੈ ਇੱਕ ਮੁੰਡਾ ਸਾਡਾ ਰੋਹਿਤ ਮਹਿਮੀ ਹੈ ਉਹਦੇ ਖੱਬੇ ਪੈਰ ਦੇ ਉੱਤੇ ਉਹਦੇ ਖੱਬੇ ਜਿਹੜੀ ਹੈ ਖੱਬੇ ਪੈਰ ਦੇ ਉੱਤੇ ਤਾਂ ਸੱਟ ਲੱਗੀ ਆ ਅਤੇ ਉਹਦਾ ਮੇਰੇ ਖਿਆਲ ਪੈਰ ਫ੍ਰੈਕਚਰ ਆ ਗਿਆ ਅਤੇ ਮੇਰੇ ਵੀ ਉਹਨਾਂ ਨੇ ਇੱਟ ਮਾਰੀ ਮੇਰਾ ਵੀ ਜਿਹੜਾ ਕਾਫੀ ਮਤਲਬ ਚੂੜੀ ਦਾ ਸੱਟ ਲੱਗੀ ਮੇਰੇ ਵੀ ਆ ਕੇ ਹੋਰ ਮੁਲਾਜ਼ਮ ਦੇ ਕਾਫੀ ਸੱਟਾਂ ਲੱਗੀਆਂ। ਮੁੜ ਕੇ ਅਸੀਂ ਸ਼ਾਂਤ ਤਰੀਕੇ ਨਾਲ ਮੁੜ ਕੇ ਉਸ ਉਹਨੂੰ ਸ਼ਾਂਤ ਕੀਤਾ ਮੁੜ ਕੇ ਲੋਕਾਂ ਨੂੰ ਫਿਰ ਸਾਨੂੰ ਮੌਕੇ 'ਤੇ ਮਜਬੂਰਨ ਆਪਣੀ ਸੇਫ ਸਾਈਡ ਵਾਸਤੇ ਸਾਨੂੰ ਫਾਇਰਿੰਗ ਕਰਨੀ ਪਈ ਆ ਜਿਹਦੇ ਨਾਲ ਹੁਣ ਅਸੀਂ ਜੋ ਬਣਦੀ ਕਾਰਵਾਈ ਮੁਕੱਦਮਾ ਦਰਜ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਸ਼ਰਾਰਤੀ ਅਨਸਰ ਦੇ ਖਿਲਾਫ। ਮੇਰੇ ਖਿਆਲ 2-3-3-4 ਫੱਟੜ ਹੋਏ ਜਿੱਟਾਂ ਮਾਰੀਆਂ ਕਾਫੀ ਇਹਨਾਂ ਸਾਨੂੰ ਇਹਨਾਂ ਨੇ ਇੱਟਾਂ ਨਾਲ ਫਾਇਰਿੰਗ ਮਾਰਿਆ ਸਾਡੇ 'ਤੇ ਅਸੀਂ ਇਹਨਾਂ FIR ਦਰਜ ਕਰ ਰਹੇ ਇਹਨਾਂ ਦੇ ਖਿਲਾਫ ਅਸ਼ੋਕ ਕੁਮਾਰ ਧਿਰ ਦੇ ਖਿਲਾਫ ਜਿਹੜੇ ਜਿੰਨੇ ਵੀ ਉਹਦੇ ਮਤਲਬ 40-50-100 ਬੰਦਾ ਸੀਗਾ ਜਿਹਨਾਂ ਸਾਡੇ 'ਤੇ ਹਮਲਾ ਕੀਤਾ ਇੱਟਾਂ ਦੇ ਨਾਲ ਇਹਨਾਂ ਸਾਰਿਆਂ ਦੇ ਅਗੇਂਸਟ ਅਸ਼ੋਕ ਕੁਮਾਰ ਅਤੇ ਬਾਈ ਨੇਮ ਨਾਲ ਅਨਨੋਨ 'ਤੇ ਪਰਚਾ ਦੇਵਾਂਗੇ ਜੀ ਸਾਰਿਆਂ ਨੂੰ।